ਜਿਹੜੀ ਸਰਕਾਰ ਬਹੁਤ ਵੱਡੇ ਵੱਡੇ ਗੱਲਾਂ ਕਰਕੇ ਬਣੀ ਸੀ, ਵੱਡੀ ਵੱਡੀ ਫੰਡਾ ਮਾਰਦੀਆਂ ਸੀ, ਕੀ ਪਤਾ ਨਹੀਂ ਕਿਹੜੇ ਕੀ ਨਹੀਂ ਕਰਦੇ ਨਾ। ਅੱਜ ਹਰ ਵਰਗ ਸੜਕ ਤੇ ਬੈਠਿਆ ਹੋਇਆ, ਭਾਵੇਂ ਉਹ ਕਿਸਾਨ ਹੋਏ, ਭਾਵੇਂ ਉਹ ਮੁਲਾਜ਼ਮ ਹੋਏ, ਭਾਵੇਂ ਉਹ ਮਜ਼ਦੂਰ ਹੋਏ, ਤੇ ਹੁਣ ਅਫਸਰਾਂ ਨੇ ਵੀ ਆਪਣਾ ਕੰਮ ਕਾਜ ਛੱਡ ਦਿੱਤਾ ਹੈਗਾ, ਉਹ ਵੀ ਸਰਕਾਰ ਤੋਂ ਦੁਖੀ ਹੋ ਗਏ ਨੇ। ਤੇ ਜਿੱਥੇ ਸਿੱਖਿਆ ਦੀ ਗੱਲ ਕਰਦੇ ਸੀ ਕਿ ਅਸੀਂ ਆਲੀਸ਼ਾਨ ਸਕੂਲ ਤੇ ਹਸਪਤਾਲ, ਉੱਥੇ ਸਕੂਲਾਂ ਦਾ ਤਾਂ ਆਹ ਹਾਲ ਹੈਗਾ ਕਿ ਜਿੱਥੇ ਅਕਾਲੀ ਸਰਕਾਰ ਦੇ ਵੇਲੇ ਸਕੂਲਾਂ ਨੂੰ ਦੇਸ਼ 'ਚ ਦੂਜੇ ਤੀਜੇ ਨੰਬਰ 'ਚ ਅਸੀਂ ਪਹੁੰਚਾਇਆ ਸੀ, ਅੱਜ ਇੰਡੀਆ ਟੂਡੇ ਦਾ ਸਰਵੇ ਦੇਖੋ 20ਵੇਂ ਨੰਬਰ 'ਚ ਪਹੁੰਚ ਗਏ, ਕਿਉਂਕਿ ਨਾ ਇੱਕ ਨਵਾਂ ਸਕੂਲ ਅਪਗ੍ਰੇਡ ਹੋਇਆ ਹੈ, ਨਾ ਕਿਸੇ ਅਧਿਆਪਕ ਦੀ ਭਰਤੀ ਹੋਈ ਹੈ, ਨਾ ਕੋਈ ਨਵੇਂ ਕਮਰੇ, ਬਿਲਕੁਲ ਸਾਰਾ ਕੁਛ ਪਿਛਲੇ 6 ਸਾਲਾਂ ਤੋਂ ਬੰਦ ਪਿਆ ਹੈਗਾ, ਕੋਈ ਡਿਵੈਲਪਮੈਂਟ ਨਹੀਂ ਹੋ ਰਹੀ। ਤਾਂ ਆਹੀ ਹਸਪਤਾਲਾਂ ਦਾ ਹਾਲ ਹੈਗਾ, 1,00,000 ਕਰੋੜ ਕਾਂਗਰਸੀਆ ਕਰਜ਼ਾ ਚੜਾ ਕੇ ਲੁੱਟ ਕੇ ਚਲੇ ਗਏ, ਤੇ ਇਹਨਾਂ ਨੇ 4 ਮਹੀਨਿਆਂ 'ਚ 30,000 ਕਰੋੜ ਲੁੱਟ ਲਿਆ ਹੈਗਾ। ਮੈਂ ਤਾਂ ਪੁੱਛਦੀ ਹਾਂ ਗਿਆ ਕਿੱਥੇ ਉਹ ਪੈਸਾ, ਇਹ ਮੰਤਰੀਆਂ ਨੂੰ ਬਦਲ ਦਿੰਦੇ ਨੇ ਕਿ ਇਹਨੇ ਭ੍ਰਿਸ਼ਟਾਚਾਰ ਕੀਤਾ। ਲੇਕਿਨ ਜਿਹੜੇ ਅੱਜ ਇੱਕ ਅਫਸਰ ਨੇ ਕਿਹਾ ਕਿ ਸਾਨੂੰ ਤਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਭ੍ਰਿਸ਼ਟਾਚਾਰ ਕੀਤਾ, ਗੁਜਰਾਤ ਦੇ ਚੋਣਾਂ ਵਾਸਤੇ ਜਿੱਥੇ ਸਾਡੀ ਡਿਊਟੀਆਂ ਲਾਈਆਂ ਗਈਆਂ ਕਿ ਹਰੇਕ ਅਫਸਰ 20-20 ਲੱਖ ਰੁਪਇਆ ਇਕੱਠਾ ਕਰਕੇ ਦੇ, ਤੇ ਫਿਰ ਉਸ ਮੰਤਰੀ ਨੂੰ ਭ੍ਰਿਸ਼ਟਾਚਾਰ 'ਚ ਕਿਉਂ ਨਹੀਂ ਬੰਦ ਕਰਦੇ? ਸੋ ਇਹ ਫੇਲਡ ਸਰਕਾਰ ਹੈਗੀ। ਨਾ ਇਹਨਾਂ ਨੂੰ ਬੀਬੀਆਂ ਦਾ ਧੀਆਂ ਦਾ 1,000 ਰੁਪਏ ਦਾ ਵਾਅਦਾ ਕੀਤਾ ਸੀ, 11 ਮਹੀਨੇ ਹੋ ਗਏ, 11,000 ਛੱਡੋ, ਦਵਾਨੀ ਕਿਸੇ ਦੇ ਖਾਤੇ 'ਚ ਨਹੀਂ ਆਏ। ਝੂਠੀ ਸਰਕਾਰ ਹੈਗੀ, ਤੇ ਝੂਠਿਆਂ ਦੀ ਤਰ੍ਹਾਂ ਚਲਾਈ ਜਾ ਰਹੀ ਹੈ, ਪੰਜਾਬ ਦਾ ਬੇੜਾ ਗਰਕ ਕਰ ਰਹੀ ਹੈ। ਅਫਸੋਸ ਹੈਗਾ, ਦੁੱਖ ਹੈਗਾ ਕਿ ਸੋਨੇ ਦੀ ਚਿੜੀਆ ਜਿਹੜੇ ਪੰਜਾਬ ਨੂੰ ਕਹਿੰਦੇ ਸੀ, ਜਿਸ ਪੰਜਾਬ 'ਚ ਸੜਕਾਂ ਬਣ ਰਹੀ ਸੀ, ਹਵਾਈ ਅੱਡੇ ਬਣ ਰਹੇ ਸੀ, ਬਿਜਲੀ ਦੇ ਗ੍ਰਿਡ ਬਣ ਰਹੇ ਸੀ, ਗਰੀਬਾਂ ਨੂੰ ਆਟਾ ਦਾਲ ਮਿਲ ਰਿਹਾ ਸੀ, ਪੈਨਸ਼ਨ ਸ਼ਗਨ ਮਿਲ ਰਿਹਾ ਸੀ, ਅੱਜ ਵਿਕਾਸ ਦੇ ਨਾਂ 'ਚ ਨਾ ਪਿਛਲੇ 5 ਸਾਲ ਕੁਛ ਹੋਇਆ, ਤੇ ਇਸ ਸਰਕਾਰ ਨੇ ਤਾਂ ਇੰਨਾ ਵੱਡਾ ਬਦਲਾਵ ਲਾ ਦਿੱਤਾ ਹੈਗਾ, ਬਦਲਾਵ ਕੀ ਬਦਲਾ ਲੈ ਲਿਆ ਪੰਜਾਬ ਤੋਂ, ਕਿ ਮੇਰੇ ਖਿਆਲ ਭਗਵੰਤ ਮਾਨ ਦਾ ਨਾਮ ਭਗਵੰਤ ਮਾਨ ਨਹੀਂ, ਭਗਵੰਤ ਬੇਈਮਾਨ ਹੋਣਾ ਚਾਹੀਦਾ।